ਪਾਲ ਸਿੰਘ ਖਹਿਰਾ ਬਾਹਰ ਆ ਚੁੱਕੇ ਨੇ ਸੋ ਰੇਡ ਦੇ ਮਗਰ ਸੁਖਪਾਲ ਸਿੰਘ ਖਹਿਰਾ ਬਾਹਰ ਆਏ ਨੇ ਕਿ ਸਵੇਰੇ ਕੋਈ 8 ਵਜੇ ਦੇ ਕਰੀਬ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਫੀ ਵੱਡੀ ਟੀਮ ਹੈਡਡ ਬਾਈ ਵਨ ਲੇਡੀ ਡਿਪਟੀ ਡਾਇਰੈਕਟਰ ਸ਼ਾਇਦ ਉਹਨਾਂ ਦਾ ਨਾਮ ਨੇਹਾ ਯਾਦਵ ਆ ਉਹਨਾਂ ਨਾਲ ਸਾਰੇ ਅਸਿਸਟੈਂਟ ਡਾਇਰੈਕਟਰ ਵਗੈਰਾ ਕਾਫੀ ਆਏ ਉਹਨਾਂ ਨੂੰ ਉਹਨਾਂ ਦੇਖੋ ਇਸ ਦਾ ਸਿੱਧਾ ਸਿੱਧਾ ਕਾਰਨ ਸਾਨੂੰ ਸਮਝ ਆਉਂਦਾ ਸਾਰੇ ਦੇਸ਼ ਨੂੰ ਸਮਝ ਆਉਂਦਾ ਕਿ ਜਿਹੜਾ ਵੀ ਆਦਮੀ ਆਪਣੀ ਆਵਾਜ਼ ਉਠਾਉਂਦਾ ਇਸ ਸਰਕਾਰ ਦੇ ਖਿਲਾਫ ਉਹਨੂੰ ਇਦਾਂ ਗੈਗ ਕੀਤਾ ਜਾਂਦਾ ਉਹਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਔਰ ਮੇਰੇ ਨਾਲ ਬਤੌਰ ਆਪੋਜੀਸ਼ਨ ਪਹਿਲੀ ਵਾਰੀ ਨਹੀਂ ਹੋਇਆ ਮੇਰੇ ਤੇ ਪਹਿਲਾਂ ਬਾਦਲਾਂ ਦੇ ਸਰਕਾਰ ਵੇਲੇ 6-8 ਪਰਚੇ ਦਰਜ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਰਾਣੇ ਗੁਰਜੀਤ ਨੂੰ ਲਵਾਇਆ ਉਹਨੇ ਮੇਰੇ ਤੇ ਕਈ ਤਰ੍ਹਾਂ ਦਾ ਸੰਗੀਨ NDPS ਦਾ ਮੁਕੱਦਮਾ ਦਰਜ ਕੀਤਾ ਸੋ ਮੇਰੇ ਨਾਲ ਕਦੀ ਪਹਿਲੀ ਵਾਰੀ ਗੱਲ ਨਹੀਂ ਹੋਈ ਮੈਂ ਤੁਹਾਨੂੰ ਸਿਰਫ ਇਹ ਕਹਿਣਾ ਚਾਹੁੰਦਾ ਕਿ ਕੁਝ ਅਫਵਾਹ ਜਿੱਦਾਂ ਕਹਿ ਰਹੇ ਨੇ ਕਿ ਜੀ ਡੁਪਲੀਕੇਟ ਪਾਸਪੋਰਟ ਮਿਲ ਗਿਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਂ ਆਪਣੀ ਸਾਰੀ ਜ਼ਿੰਦਗੀ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਵੀ ਹੈਵ ਬੀਨ ਫਾਈਟਿੰਗ ਇਨਜਸਟਿਸ ਵੀ ਹੈਵ ਆਲਵੇਜ਼ ਸਪੋਰਟਡ ਦ ਟਰੂਥ ਐਂਡ ਟੁਡੇ ਆਲਸੋ ਮਾਈ ਕਰੂਸੇਡ ਕੰਟੀਨਿਊਜ਼ ਵੀ ਹੈਵ ਡਨ ਨਥਿੰਗ ਰੋਂਗ ਐਵਰ ਇਨ ਮਾਈ ਲਾਈਫ ਅਤੇ ਇਸ ਕਰਕੇ ਇਹ ਜਿਹੜੀ ਪਹਿਲੀ ਗੱਲ ਤਾਂ ਇਹ ਅਫਵਾਹਾਂ ਜਿਹੜੀਆਂ ਉਡਾਈਆਂ ਜਾ ਰਹੀਆਂ ਕਿ ਜੀ ਡੁਪਲੀਕੇਟ ਪਾਸਪੋਰਟ ਮਿਲ ਗਿਆ ਇਹਨੂੰ ਕਾਟਾ ਮਾਰ ਦਿਓ ਅੱਛੀ ਹੁਣ ਆ ਜਾਓ ਉੱਥੇ ਨੋਟਿਸ ਜਿਹੜਾ ਸਰਵ ਕੀਤਾ ਦੈਟ ਇਜ਼ ਅਬਾਊਟ ਮਨੀ ਲਾਂਡਰਿੰਗ ਠੀਕ ਹੈ ਹੁਣ ਮਨੀ ਲਾਂਡਰਿੰਗ ਦੇ ਐਕਿਊਜ਼ੇਸ਼ਨ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਦੇਸ਼ ਵਿੱਚ ਇਸ ਗੱਲ ਦੇ ਵਿਰੋਧ ਵਿੱਚ ਉੱਠੇ ਨੇ ਚਾਹੇ ਉਹ ਤਾਪਸੀ ਪੰਨੂ ਹਾਂ ਜਾਂ ਜਿਹੜੇ ਹੋਰ ਸੈਲੀਬ੍ਰਿਟੀ ਐਕਟਰ ਅਨੁਰਾਗ ਕਸ਼ਯਪ ਆ ਜਾਂ ਈਵਨ ਜਿਹੜੇ ਪੰਜਾਬ ਦੇ ਅੱਛੇ ਸਿੰਗਰ ਸੀ ਦਿਲਜੀਤ ਦੁਸਾਂਝ ਵਗੈਰਾ ਜਿਹੜੇ ਲੋਕ ਜਾ ਕੇ ਕਿਸਾਨ ਦੇ ਧਰਨੇ 'ਚ ਜਾ ਕੇ ਉੱਥੇ ਪਾਰਟਿਸਪੇਟ ਕਰਦੇ ਸਭ ਦੇ ਉੱਤੇ ED ਨੇ ਰੇਡ ਕੀਤਾ ਵਾ ਅਤੇ ਮੈਂ ਸਮਝਦਾ ਕਿ ਮੈਂ ਇਸ ਨੂੰ ਮੈਂ ਸਮਝਦਾ ਕਿ ਇਹਦਾ ਮਤਲਬ ਹੈ ਕਿ ਸਰਕਾਰ ਸਾਡੇ ਤੋਂ ਡਰਦੀ ਹੈ ਉਹ ਘਬਰਾਉਂਦੀ ਆ ਕਿ ਜੇ ਅਸੀਂ ਆਵਾਜ਼ ਉਠਾਉਂਦੇ ਹਾਂ ਚਾਹੇ ਉਹ ਨਵਰੀਤ ਦੇ ਕਤਲ ਦੇ ਖਿਲਾਫ ਹੈ ਡਿਬਡਿਬੇ ਦੇ ਲੜਕੇ ਦੇ ਚਾਹੇ ਮੈਂ ਯੁਆਪਾ ਦੇ ਕੇਸਿਸ ਲੜੇ ਚਾਹੇ ਮੈਂ ਕੋਈ ਹੋਰ ਵਿਰੋਧ ਕੀਤਾ ਗਲਤ ਗੱਲ ਦਾ ਮਾਫੀਆ ਦਾ ਇਹਦਾ ਮਤਲਬ ਸਾਡੀ ਆਵਾਜ਼ ਸੁਣੀ ਜਾ ਰਹੀ ਪਾਵਰ ਕੋਰੀਡੋਰਸ ਦੇ ਵਿੱਚ ਔਰ ਅੱਜ ਜਿਹੜਾ ਰੇਡ ਆ ਇਹ ਬਿਲਕੁਲ ਕੁਛ ਉਹ ਵੀ ਆਫਿਸਰਸ ਵੀ ਕੁਛ ਗਲਤ ਨਹੀਂ ਕਰ ਰਹੇ ਉਹ ਸਿਰਫ ਆਪਣੀ ਡਿਊਟੀ ਕੈਰੀ ਆਊਟ ਕਰ ਰਹੇ ਆ ਉਹਨਾਂ ਨੂੰ ਕਿਉਂਕਿ ਡਾਕੂਮੈਂਟਸ ਮੇਰੇ ਘਰ ਵਿੱਚ ਹੁਣ ਮੇਰਾ ਬੇਟਾ ਐਡਵੋਕੇਟ ਹੈ ਸਾਹਿਬ ਇਸ ਤੋਂ ਇਲਾਵਾ ਕਿਹੜੇ ਕਿਹੜੇ ਲੋਕੇਸ਼ਨਸ ਦੇ ਉੱਤੇ ਹੋ ਰਹੀ ਹੈਗੇ ਤੁਹਾਡੇ ਪੰਜਾਬ ਮੇਰਾ ਖਿਆਲ ਆ ਮੈਨੂੰ ਸਾਡੇ ਟੈਲੀਫੋਨ ਸਾਰੇ ਬੰਦ ਕਰਵਾਤੇ ਨੇ ਤਾਂ ਮੇਰਾ ਖਿਆਲ ਮੇਰੇ ਆਪਣੇ ਪਿੰਡ ਰਾਮਗੜ੍ਹ ਵੀ ਕਰਾ ਲੈਣ ਉੱਥੇ ਵੀ ਕਰਾ ਲੈਣ ਹੁਣ ਮਨੀ ਲਾਂਡਰਿੰਗ ਦੀ ਇੱਕ ਹਾਸੋਹੀਣੀ ਗੱਲ ਸੁਣਿਓ ਜ਼ਰਾ ਬੜੀ ਅੱਛੀ ਗੱਲ ਆ ਮਨੀ ਲਾਂਡਰਿੰਗ ਤਾਂ ਉਹ ਕਰਦੇ ਨੇ ਨਾ ਜਿਹੜੇ ਵਪਾਰੀ ਲੋਕ ਹੁੰਦੇ ਨੇ ਜਿਹੜੇ ਬਹੁਤ ਧਨਵਾਨ ਹੁੰਦੇ ਨੇ ਜਿਹੜੇ ਬਹੁਤ ਪੈਸੇ ਵਾਲੇ ਹੁੰਦੇ ਨੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਕਾਲਾ ਧਨ ਹੁੰਦਾ ਇਹ ਸਮਝਦੇ ਨਾ ਤੁਸੀਂ ਅੱਜ ਮੈਂ ਪਹਿਲੀ ਵਾਰੀ ਤੁਹਾਡੇ ਕੋਲ ਕਨਫੈਸ ਕਰ ਰਿਹਾ ਕਿ ਮੇਰੇ ਤੇ ਪਿਛਲੇ 7-8-9 ਸਾਲ ਤੋਂ ਤਕਰੀਬਨ 2 ਕਰੋੜ ਦੀ ਮੈਂ ਐਗਰੀਕਲਚਰ ਲਿਮਿਟ ਚੁੱਕੀ ਹੋਈ ਹੈ ਔਰ ਉਸ ਲਿਮਿਟ ਨੂੰ ਮੈਂ ਵਾਪਸ ਭਰ ਨਹੀਂ ਪਾ ਰਿਹਾ ਕਿਉਂਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਔਰ ਉਸ ਲਿਮਿਟ ਦਾ ਮੈਂ ਹਰ ਸਾਲ ਤਕਰੀਬਨ ਜ਼ਿਆਦਾ ਨਹੀਂ ਤਾਂ 21-22 ਲੱਖ ਰੁਪਇਆ ਮੈਂ ਵਿਆਜ ਦੇ ਰਿਹਾ ਜਿਹੜਾ ਮੈਨੂੰ ਫਿਰ ਦੁਬਾਰਾ ਆਪਣੇ ਦੋਸਤਾਂ ਕੋਲੋਂ ਰਿਸ਼ਤੇਦਾਰਾਂ ਕੋਲੋਂ ਫੜ ਕੇ ਦੇਣਾ ਪੈਂਦਾ ਵਾ ਇਹ ਮੇਰੀ ਫਾਈਨੈਂਸ਼ੀਅਲ ਔਰ ਦੈਟ ਡਜ਼ਨਟ ਵਰੀ ਮੀ ਐਟ ਆਲ ਕਿਉਂਕਿ ਆਫਟਰ ਆਲ ਜ਼ਿੰਦਗੀ ਵਿੱਚ ਉਤਰਾਓ ਚੜਾਓ ਚੱਲਦੇ ਰਹਿੰਦੇ ਨੇ ਪਰ ਮੈਂ ਉਹਦਾ ਤੁਹਾਨੂੰ ਦੱਸਿਆ ਸਿਰਫ ਕਿ ਮੇਰੇ 'ਤੇ ਤਾਂ ਕਰਜ਼ਾ ਵਾ ਕਿਉਂਕਿ ਮੈਂ ਕਦੀ ਵੀ ਕੋਈ ਨੰਬਰ 2 ਦਾ ਬਿਜ਼ਨਸ ਕੋਈ ਨੰਬਰ 2 ਦਾ ਕੰਮ ਜ਼ਿੰਦਗੀ 'ਚ ਨਹੀਂ ਕੀਤਾ ਆਪਣੀ ਲੈਜੀਟੀਮੇਟ ਇਨਕਮ ਤੋਂ ਹੀ ਸਾਰੀ ਕਮਾਈ ਕੀਤੀ ਹੈ ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਕਿ ਮਨੀ ਲਾਂਡਰਿੰਗ ਦਾ ਮੇਰੇ ਤੇ ਕੀ ਪ੍ਰਭਾਵ ਹੋਊਗਾ ਇਸ ਲਈ ਕੁਝ ਇਹਨਾਂ ਦੀ ਲਿਮਿਟੇਸ਼ਨਸ ਹੈ ਵਿਦੇਸ਼ੀ ਫੰਡਸ ਨੂੰ ਲੈ ਕੇ ਵੀ ਕੁਝ ਕੁਝ ਹੋ ਰਹੀ ਹੈ ਕੁਝ ਨਹੀਂ ਹੈ देयर इज ਨਥਿੰਗ ਕੋਈ ਵਿਦੇਸ਼ੀ ਫੰਡ ਫਰਜ਼ ਕਰੋ ਕਿਸੇ ਨੇ ਕੋਈ ਸੁਸਾਈਡ ਡਾਕੂਮੈਂਟ ਸੁਸਾਈਡ ਫਾਰਮਰਸ ਲਈ ਕੋ ਭੇਜੇ ਥੋੜੇ ਬਹੁਤੇ ਪੈਸੇ ਉਹ ਦਿੱਤੇ ਹੋਣਗੇ ਸਰ ਡਾਕੂਮੈਂਟ ਕਿਹੜੇ ਮੰਗ ਰਹੇ ਨੇ ਡਾਕੂਮੈਂਟਸ ਇਹਨਾਂ ਨੂੰ ਖੋਲ ਕੇ ਦਿੱਤਾ ਸਾਰਾ ਘਰ ਜਿੰਨਾ ਮਰਜ਼ੀ ਦੇਖ ਤੇ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਘਰ ਤੋਂ ਇਲਾਵਾ ਹੋਰ ਪਾਸੇ ਵੀ ED ਦੀ ਰੇਡ ਹੋ ਰਹੀ ਹੈ 5 ਜਗ੍ਹਾ ਪੰਜਾਬ 'ਚ ED ਦੀ ਰੇਡ ਹੋ ਰਹੀ ਆ ਇੱਕ ਚੰਡੀਗੜ੍ਹ ਹੋ ਰਹੀ ਹੈ ਅਤੇ 1 ਜਗ੍ਹਾ ਦਿੱਲੀ ਹੋ ਰਹੀ ਆ ਸੋ ED ਦੀ ਜੋ ਰੇਡ ਆ ਉਹਦੇ ਵਿੱਚ ਜਾਂਚ ਕਰ ਰਹੇ ਨੇ ਜਾਂਚ ਅਧਿਕਾਰੀ ਠੀਕ ਕਰ ਰਹੇ ਨੇ ਸੁਖਪਾਲ ਸਿੰਘ ਹਰਾ ਦੱਸ ਰਹੇ ਨੇ ਕਿ ਜੋ ਰਸੂਖ ਆ ਜਾਂਚ ਅਧਿਕਾਰੀਆਂ ਦੀ ਜੋ ਗੱਲਬਾਤ ਆ ਉਹ ਠੀਕ ਤਰੀਕੇ ਦੀ ਆ ਵਿਹਾਰ ਠੀਕ ਤਰੀਕੇ ਦਾ ਸੋ ਡਾਕੂਮੈਂਟ ਦੀ ਜੇ ਗੱਲ ਕੀਤੀ ਜਾਵੇ ਤਾਂ ਸੁਖਪਾਲ ਸਿੰਘ ਖਹਿਰਾ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਪੂਰਾ ਘਰ ਖੋਲ ਦਿੱਤਾ ਗਿਆ ਪੂਰੇ ਘਰ ED ਅਧਿਕਾਰੀਆਂ ਦੇ ਲਈ ਜਾਂਚ ਦੇ ਸਹਿਯੋਗ ਕਰਦਿਆਂ ਹੋਇਆ ਪੂਰਾ ਘਰ ਸੁਖਪਾਲ ਸਿੰਘ ਖਹਿਰਾ ਦੱਸ ਰਹੇ ਨੇ ਕਿ ਖੋਲ ਦਿੱਤਾ ਗਿਆ